ਬੈਸਾਖੀ ਦਾ ਦਿਨ ਜਿਹੜਾ ਦੂਰੋਂ ਨੇੜੇ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਜਿਹੜੇ ਇੱਥੇ ਆ ਕੇ ਦਰਸ਼ਨ ਕਰਦੀਆਂ ਹਨ ਔਰ ਸੰਤ ਭਾਈ ਮੇਲਾ ਸਿੰਘ ਦੀਆਂ ਹਸਤੀਆਂ ਇੱਥੇ ਦੇਰੀ ਸਾਹਿਬ ਜਿਹੜੀਆਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਜਨਮ ਨੂੰ ਸਫਲ ਕਰ ਰਹੀਆਂ ਹਨ। ਮੈਂ ਫਿਰ ਇੱਕ ਵਾਰ ਇੱਥੋਂ ਦੀ ਪੁੰਛ ਦੀ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਨੂੰ ਅੱਜ ਦੇ ਮਹਾਨ ਦਿਵਸ 'ਤੇ ਲੱਖ ਲੱਖ ਵਧਾਈ ਦਿੰਦਾ। ਸਭ ਤੋਂ ਪਹਿਲਾਂ ਮੈਂ ਸਾਰੀਆਂ ਪੁੱਛੀਆਂ ਸੰਗਤਾਂ ਨੂੰ ਬਿਨਾਂ ਵਧੋ ਮਿਲਣ ਤਾਸਾ ਸਿੱਧਾਂ ਦੀ ਉਸਦੀ ਵਿਸਾਖੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਅੱਜ ਪਹਿਲੇ ਦੇਰੀ ਸਾਹਿਬ ਦੇ ਅੰਦਰ ਜਿਹੜੇ ਕਿ ਮਹਾਰਾਜ ਸਾਹਿਬ ਦੀਆਂ ਬਸਤੀਆਂ ਹਨ ਉਹਨਾਂ ਨੂੰ ਇਸ਼ਨਾਨ ਕਰਾ ਕਰਕੇ ਸੰਗਤਾਂ ਜਿਹੜੀਆਂ ਸਵੇਰੇ 4 ਵਜੇ ਤੋਂ ਲੈ ਕਰਕੇ ਇਸ ਵੇਲੇ ਤੱਕ ਦਰਸ਼ਨ ਕਰ ਰਹੀਆਂ ਹਨ। ਇਹ ਜਿਹੜਾ ਕੱਟ ਤੁਸੀਂ ਦੇਖ ਰਹੇ ਹੋ ਇਹ ਸਿੱਧ ਕਰਦਾ ਹੈ ਕਿ ਜਿਹੜੇ ਪਿੱਛੇ 2 ਸਾਲ ਸਾਡੇ ਕੋਵਿਡ-19 ਦੇ ਕਰਕੇ ਇਹ ਮੇਲਾ ਜਿਹੜਾ ਨਹੀਂ ਲੱਗ ਸਕਿਆ ਸੀ ਉਸ ਇਵਰਸ ਵਿੱਚ ਅੱਜ ਜਿਹੜੀ ਹੈ ਸੰਗਤਾਂ ਦੀ ਗੈਦਰਿੰਗ ਇਤਨੀ ਬਹੁਤ ਜ਼ਿਆਦਾ ਹੈ ਕਿ ਸਾਰੀਆਂ ਸੰਗਤਾਂ ਸਟੇਟ ਦੇ ਅੰਦਰੋਂ ਹਰ ਕਾਰਨ ਦੇ ਵਿੱਚੋਂ ਸਟੇਟ ਦੇ ਬਾਹਰੋਂ ਵੀ ਰਾਜਸਥਾਨ ਦੇ ਵਿੱਚੋਂ ਗੰਗਾਨਗਰ ਦੇ ਅੰਦਰੋਂ ਦਿੱਲੀ ਤੋਂ ਅੰਦਰ ਈਵਨ ਬਾਹਰੋਂ ਸਾਰੀਆਂ ਸੰਗਤਾਂ ਆ ਕਰਕੇ ਇੱਥੇ ਦਰਸ਼ਨ ਕਰ ਰਹੀਆਂ ਹਨ ਅਤੇ ਮਹਾਰਾਜ ਦੇ ਦਰਸ਼ਨ ਜਿਹੜੀਆਂ ਕਰ ਰਹੀਆਂ ਹਨ। ਸੋ ਅੱਜ ਦਾ ਦਿਨ ਦਾ ਸਾਰਾ ਪ੍ਰੋਗਰਾਮ ਜਿਹੜਾ ਹੈ ਸ਼੍ਰੀਮਾਨ ਮਾਨ ਸਾਹਿਬ ਦੀ ਨਿਗਰਾਨੀ ਦੇ ਥੱਲੇ ਜੋ ਮਿੱਥਿਆ ਗਿਆ ਹੈ ਉਹ ਇਹ ਹੈ ਕਿ 10 ਵਜੇ ਤੋਂ 10:30 ਤੋਂ ਲੈ ਕਰਕੇ ਸ਼ਾਮ ਦੇ 4 ਵਜੇ ਤੱਕ ਸਾਰਾ ਪ੍ਰੋਗਰਾਮ ਹੋਵੇਗਾ। ਉਹ ਮੈਂ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬਿਨਾਂ ਮਤਲਬ ਮਿਲਣ ਅੱਜ ਦੇ ਦਿਨ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। Oh.
ਕੋਈ ਆਪ ਨਹੀਂ ਲੈ ਸਕਦਾ ਕੋਈ ਨਹੀਂ ਲੈ ਸਕਦਾ।